अज 25 सितंबर नूं पंजाब दे वख वख शहरां ते कस्बियां नूं पूरी तरह बंद कर दिता गया है। मोदी सरकार वालों पास किए गए 3 ऑर्डिनेंस खिलाफ धरने प्रदर्शन किए जा रहे हैं, जिस कारण मानसा विच भी डॉक्टर मंजू बांसल की अगवाई हेठ एक रोस मार्च कढ़िया गया अते मोदी दीआं नीतियां दा विरोध किया गया। ਤੁਹਾਨੂੰ ਪਤਾ ਹੈ ਕਿ ਕਰੀਬ 1.5-2 ਮਹੀਨੇ ਤੋਂ ਜਿਹੜਾ ਸਾਡਾ ਅੰਨਦਾਤਾ ਹੈ, ਸਾਡਾ ਕਿਸਾਨ ਹੈ, ਸਾਡਾ ਮਜ਼ਦੂਰ ਹੈ, ਸਾਡਾ ਆੜ੍ਹਤੀ ਹੈ, ਵਪਾਰੀ ਹੈ, ਸੜਕਾਂ 'ਤੇ ਆਇਆ ਹੋਇਆ ਹੈ। ਅਤੇ ਮੋਦੀ ਸਾਹਿਬ ਨੇ 3 ਆਰਡੀਨੈਂਸਿਸ ਨੇ ਜਿਹੜੇ ਉਹ ਪਾਸ ਕਰਨ ਜਾ ਰਹੇ ਨੇ, ਜਿਹੜੇ ਪੰਜਾਬ ਦੇ ਔਰ ਹਰਿਆਣਾ ਦੇ ਜਿਹੜੇ ਕਿਸਾਨਾਂ ਦੇ ਔਰ ਵਪਾਰੀਆਂ ਦੇ ਔਰ ਮਜ਼ਦੂਰ ਦੇ ਖਿਲਾਫ ਨੇ। ਸੋ ਜਿਹੜੀ ਇਹ ਕਿਸਾਨ ਔਰ ਜਿਹੜਾ ਵਪਾਰੀ ਹੈ, ਆੜ੍ਹਤੀ ਹੈ ਔਰ ਮਜ਼ਦੂਰ ਦਾ 9 ਮਾਸ ਦਾ ਰਿਸ਼ਤਾ ਜਦ ਤੋੜਨ ਦੀ ਜਿਹੜੀ ਸਾਜਿਸ਼ ਹੈ, ਸੋ ਮੋਦੀ ਦੀ ਅਸੀਂ ਨਾਕਾਮ ਕਰਨੀ ਆ। ਉਸ ਕਰਕੇ ਅਸੀਂ ਕਰੀਬ ਰੋਜ਼ ਇਕੱਠੇ ਹੋ ਰਹੇ ਹਾਂ ਔਰ ਪੁਰਜ਼ੋਰ ਕਾਂਗਰਸ ਪੁਰਜ਼ੋਰ ਕਿਸਾਨਾਂ ਦੇ ਨਾਲ ਆ, ਵਪਾਰੀਆਂ ਦੇ ਨਾਲ ਆ, ਸਮੁੱਚੀ ਕਾਂਗਰਸ ਜਿਹੜੀ ਸਾਡੀ ਪਾਰਟੀ ਹੈ ਕਿਸਾਨਾਂ ਦੇ ਨਾਲ ਖੜੀ ਹੈ। ਸਾਡੇ ਚੈਨਲ ਰਾਹੀਂ ਮੋਦੀ ਨੂੰ ਕੁਝ ਕਹਿਣਾ ਚਾਹੁੰਗੇ? ਸੋ ਮੋਦੀ ਦੇ ਕੰਨਾਂ ਤੱਕ ਜਿਹੜੀ ਆਵਾਜ਼ ਅਸੀਂ ਪਹੁੰਚਾਉਣਾ ਚਾਹੁੰਦੇ ਹਾਂ ਕਿ ਮੋਦੀ ਸਾਹਿਬ ਇਸ ਬਿੱਲ ਨੂੰ ਰੱਦ ਕਰਿਓ, ਬਿੱਲ ਨੂੰ ਰੱਦ ਕਰੋ, ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਖਾਮਿਆਜਾ ਭੁਗਤਣਾ ਪਊਗਾ। ਬਹੁਤ ਦੁੱਖ ਹੁੰਦਾ ਦੇਖ ਕੇ ਸੜਕਾਂ ਤੇ ਸਾਡੇ ਵੀਰਾਂ ਨੂੰ, ਕਿਸਾਨ ਵੀਰਾਂ ਨੂੰ, ਅੰਨਦਾਤਾ ਨੂੰ, ਜਿਹੜਾ ਅੰਨਦਾਤਾ ਪੂਰੇ ਦੇਸ਼ ਨੂੰ ਅਨਾਜ ਖਵਾਉਂਦਾ। ਪੰਜਾਬ ਤਾਂ ਕਿਸੇ ਵੇਲੇ 85% ਦਾ ਹਿੱਸਾ ਹੁੰਦਾ ਸੀ, 50% ਤਾਂ ਹੁਣ ਵੀ ਹੈਗਾ, ਜਿਹਨੇ ਕੋਰੋਨਾ ਦੀ ਮਹਾਮਾਰੀ ਦੇ ਵਿਚ ਵੀ ਟ੍ਰੇਨਾਂ ਭਰ ਭਰ ਕੇ ਦੂਜੇ ਗਰੀਬ ਸੂਬੇ ਜਿਹੜੇ ਸੂਬੇ ਸੀ ਉਹਨਾਂ ਦੇ ਵਿਚ ਅਨਾਜ ਭੇਜਿਆ। ਔਰ ਆਹੀ ਮਹੀਨਾ ਇਕ ਰਸਤਾ ਸੀਗਾ, ਆਰਾਮ ਦਾ ਸੀਗਾ, ਪਹਿਲਾਂ ਤਾਂ ਪੈਡੀ ਲਾ ਕੇ ਹਟੇ ਸੀਗੇ, ਫਿਰ ਬਾਰਿਸ਼ ਆ ਗਈ, ਤੀਜੀ ਵਾਰ ਪੈਡੀ ਲਾਈ ਆ ਉਹਨਾਂ ਨੇ। ਸੋ ਆਹੀ ਮਹੀਨਾ ਆਰਾਮ ਦਾ ਸੀ, ਹੁਣ ਫਿਰ ਧੁੱਪਾਂ ਦੇ ਵਿਚ ਉਹਨਾਂ ਨੂੰ ਸੜਨਾ ਪੈ ਗਿਆ, ਫਿਰ ਆਪਣੀ ਵਾਢੀ ਕਰਨਗੇ, ਫਿਰ ਧੁੱਪਾਂ ਦੇ ਵਿਚ ਸੜਨਗੇ। ਸੋ ਮੈਨੂੰ ਬਹੁਤ ਦੁੱਖ ਹੁੰਦਾ ਕਿ ਜਿਹੜਾ ਇਹ ਪ੍ਰਧਾਨ ਮੰਤਰੀ ਆ, ਇਹ ਪ੍ਰਧਾਨ ਮੰਤਰੀ ਇੱਕ ਇਨਸਾਨ, ਇੱਕ ਡਿਕਟੇਟਰ ਆ। ਸੋ ਉਸ ਨੂੰ ਆਪਣੀ ਡਿਕਟੇਟਰਸ਼ਿਪ ਬੰਦ ਕਰਕੇ ਲੋਕਾਂ ਦੇ ਹੱਕਾਂ ਵਿਚ ਖੜਨਾ ਚਾਹੀਦਾ, ਜਨਤਾ ਦੇ ਹੱਕਾਂ ਵਿਚ ਖੜਨਾ ਚਾਹੀਦਾ। ਆਮ ਲੋਕਾਂ ਨੂੰ ਕੀ ਅਪੀਲ ਕਰੋਗੇ? ਸੋ ਮੈਂ ਆਮ ਲੋਕਾਂ ਨੂੰ ਅਪੀਲ ਕਰੂੰਗੀ ਕਿ ਇਹ ਕੋਈ ਇੱਕ ਪਾਰਟੀ ਦਾ ਮਸਲਾ ਨਹੀਂ, ਇੱਕ ਪਰਿਵਾਰ ਦਾ ਮਸਲਾ ਨਹੀਂ, ਇਹ ਸਮੁੱਚੇ ਪੰਜਾਬ ਦਾ, ਸਮੁੱਚੀ ਜਨਤਾ ਦਾ, ਸਮੁੱਚੇ ਦੇਸ਼ ਦਾ ਮਸਲਾ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਪਊਗੀ, ਚਾਹੇ ਉਹ ਰਾਜਨੀਤਿਕ ਹੋਏ, ਚਾਹੇ ਸੜਕਾਂ ਦੀ ਲੜਾਈ ਹੋਏ, ਜਾਂ ਕਾਨੂੰਨੀ ਲੜਾਈ ਹੋਏ। ਸੋ ਉਸ ਨੂੰ ਆਪਾਂ ਨੂੰ ਇਕਜੁੱਟ ਹੋਣਾ ਚਾਹੀਦਾ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।